ਆਪਾਂ ਕਰਨਾ ਹੈ ਰਿਵੋਲਵ, ਠੀਕ ਹੈ। ਰਿਵੋਲਵ ਕਰਨ ਵਾਸਤੇ ਸਾਨੂੰ ਕੀ ਚਾਹੀਦਾ, ਜਿੱਦਾਂ ਆਪਾਂ ਆਟੋ ਗਾਈਡ 'ਚ ਕਰ ਰਹੇ ਸੀਗੇ ਕਿ ਸਾਨੂੰ ਚੌਥਾ ਹਿੱਸਾ ਚਾਹੀਦਾ। ਜੋ ਵੀ ਅਸੀਂ ਡਰਾਇੰਗ ਬਣਾਵਾਂਗੇ, ਜਿੰਨੀ ਵੀ ਟਰਨਿੰਗ ਦੀਆਂ ਜੋਬਸ ਹੈਗੀਆਂ, ਠੀਕ ਹੈ, ਇੱਥੇ ਇੱਕ ਆਪਸ਼ਨ ਹੁੰਦੀ ਹੈ ਕਿ ਫੁੱਲੀ ਡਿਫਾਈਨ ਸਕੈਚ, ਫੁੱਲੀ ਡਿਫਾਈਨ ਸਕੈਚ ਕੈਲਕੂਲੇਟਰ, ਠੀਕ ਹੈ। ਸਾਰੀਆਂ ਮੈਂਜ਼ਨਾਂ ਆਟੋਮੈਟਿਕਲੀ ਆ ਜਾਣਗੀਆਂ। ਸਕੈਚ ਫਿਨਿਸ਼ ਕਰਾਂਗੇ, ਐਕਸਿਸ 'ਤੇ ਕਲਿੱਕ ਕਰਾਂਗੇ, ਉਹਦੇ ਵਿੱਚ ਸਾਨੂੰ ਐਕਸਿਸ ਬਣਾਉਣੀ ਪੈਣੀ ਸੀਗੀ। ਇਹਦੇ ਵਿੱਚ ਜੇ ਇੱਧਰਲੇ ਪਾਸੇ ਕਰ ਦਾਂਗੇ ਤਾਂ ਇੱਧਰ ਨੂੰ ਘੁੰਮ ਜਾਊਗਾ, ਜੇ ਇੱਧਰਲੇ ਪਾਸੇ ਕਰ ਦਾਂਗੇ। ਹਾਂ, ਲਾਈਨ ਦੱਸਣੀ ਉਹਨੂੰ ਵੀ ਕਿਹੜੀ ਐਕਸਿਸ ਦੇ ਆਲੇ ਦੁਆਲੇ ਘੁੰਮਾਉਣਾ। ਨਿਊ ਫਾਈਲ ਖੋਲ੍ਹੀ, ਰਿਵੋਲਵ, ਪਲੇਨ ਸਿਲੈਕਟ, ਕੁਛ ਵੀ ਬਣਾ ਸਕਦੇ ਹਾਂ ਆਪਾਂ। ਠੀਕ ਹੈ, ਸਾਰਿਆਂ ਨੂੰ ਸਿਲੈਕਟ ਕਰੋ, ਇੱਥੇ ਫੁੱਲੀ ਡਿਫਾਈਨ ਸਕੈਚ। ਇਹਦੇ ਨਾਲ ਕੀ ਹੁੰਦਾ, ਓਰੀਜਨ ਤੋਂ ਸਾਰੀਆਂ ਡਿਮੈਂਸ਼ਨਾਂ ਆ ਜਾਣਗੀਆਂ, ਕੈਲਕੂਲੇਟ ਕਰਾਂਗੇ। ਫਿਨਿਸ਼, ਕਿਹੜੀ ਐਕਸਿਸ, ਮੈਂ ਕਿਹਾ ਜੀ ਆ ਵਾਲੀ ਐਕਸਿਸ, ਅਤੇ ਉਸ ਐਕਸਿਸ ਦੇ ਆਲੇ ਦੁਆਲੇ ਜੇ ਮੈਂ ਇੱਥੇ 360 ਦੀ ਬਜਾਏ 180 ਕਰ ਦੇਵਾਂ, ਹਾਫ ਬਣ ਜਾਵੇਗਾ, ਠੀਕ ਹੈ, ਓਕੇ ਕਰਾਂਗੇ। ਜੇ 180 ਦੀ ਬਜਾਏ ਐਡਿਟ ਫੀਚਰ ਕਰਦੇ 270 ਕਰ ਦਿੰਦੇ ਹਾਂ, ਠੀਕ ਹੈ। ਮਤਲਬ ਆਪਾਂ ਬਣਾਉਣਾ ਕਿਹੜਾ, ਆਹ ਫੇਸ ਬਣਾਉਣਾ ਚਾਹੁੰਦੇ ਹਾਂ ਰਿਵੋਲਵ ਕਰਨ ਵਾਸਤੇ, ਠੀਕ ਹੈ। ਜੇ ਆਪਾਂ ਰਿਵੋਲਵ ਕਰਦੇ ਹੋਏ ਸੈਂਟਰ ਲਾਈਨ ਮਾਰ ਦੀਏ, ਮੈਂ ਇੱਕ ਸੈਂਟਰ ਲਾਈਨ ਮਾਰਤੀ, ਹੁਣ ਸਾਨੂੰ ਉਹ ਵੀ ਨਹੀਂ ਦੱਸਣਾ ਪੈਣਾ ਵੀ ਕਿਹੜੀ ਐਕਸਿਸ, ਇਹ ਕਲੋਜ਼ ਕਰਨਾ ਜ਼ਰੂਰੀ ਹੈ। ਫਿਰ ਸਾਨੂੰ ਫਿਨਿਸ਼ ਕਰਦੇ ਹੀ ਇਹਨੇ ਬਣਾ ਦੇਣਾ, ਕਿਉਂਕਿ ਉਹਨੂੰ ਆਪਾਂ ਸੈਂਟਰ ਲਾਈਨ ਦੇ ਦਿੱਤੀ, ਯਾਨੀ ਸੈਂਟਰ ਲਾਈਨ ਨੂੰ ਇਹ ਆਟੋਮੈਟਿਕਲੀ ਚੱਕ ਲੈਂਦਾ, ਠੀਕ ਹੈ। ਜੇ ਨਹੀਂ ਬਣਾਓਗੇ ਸੈਂਟਰ ਲਾਈਨ, ਫਿਰ ਤੁਹਾਨੂੰ ਸਿਲੈਕਟ ਕਰਨਾ ਪੈਣਾ, ਜੇ ਬਣਾਵਾਂਗੇ ਤਾਂ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਰਿਵੋਲਵ, ਪਲੇਨ ਸਿਲੈਕਟ। ਇੱਕ ਹੋਰ ਚੀਜ਼ ਆਪਾਂ ਦੇਖੀ ਸੀਗੀ, ਜੇ ਸੈਂਟਰ ਲਾਈਨ ਤੋਂ ਦੂਰ ਹੋਵੇ ਓਬਜੈਕਟ ਮੇਰਾ, ਅਤੇ ਸੈਂਟਰ ਲਾਈਨ ਲਗਾ ਦਿੱਤੀ ਮੈਂ ਇੱਧਰ, ਹਾਂ ਵਿੱਚੋਂ ਹੋਲ ਹੋ ਜਾਵੇ, ਠੀਕ ਹੈ। ਜਿੱਦਾਂ ਰਿਵੋਲਵ ਹੈ ਸੇਮ ਚੀਜ਼ ਰਿਵੋਲਵ ਕੱਟ ਦੇ ਨਾਲ। ਮੈਂ ਇੱਕ ਨਟ ਬਣਾਉਣਾ ਚਾਹੁੰਦਾ, ਇੱਕ ਸਿਗਨਲ ਬਣਾ ਲੈਂਦੇ ਹਾਂ ਇੱਕ, ਠੀਕ ਹੈ। ਇਹਦੀ ਡਿਮੈਂਸ਼ਨ ਦੇ ਦਿੰਦੇ ਹਾਂ 30, ਠੀਕ ਹੈ। ਇਹਨੂੰ ਅਤੇ ਇਹਨੂੰ ਹੋਰੀਜ਼ੋਂਟਲ ਕਰ ਦਿੰਦੇ ਹਾਂ, ਫਿਨਿਸ਼ ਕਰ ਦਿੰਦੇ ਹਾਂ। ਹੁਣ ਮੇਰੇ ਕੋਲ ਸੈਂਟਰ 'ਚ ਇੱਥੇ ਪਲੇਨ ਹੈ, ਠੀਕ ਹੈ। ਇੱਥੇ ਮੈਂ ਕੀ ਕਰੂੰਗਾ, ਰਿਵੋਲਵ ਕੱਟ ਨੋਰਮਲ ਕੀਤਾ, ਇੱਥੇ ਆਪਾਂ ਕੋਈ ਚੀਜ਼ ਬਣਾ ਲੈਂਦੇ ਹਾਂ, ਠੀਕ ਹੈ। ਅਤੇ ਸੈਂਟਰ ਲਾਈਨ ਜਿਹੜੀ ਹੈਗੀ ਹੈ ਉਹ ਇੱਧਰ, ਇਹ ਮੈਂ ਇਸ ਸੈਂਟਰ ਲਾਈਨ ਦੇ ਅਕੋਰਡਿੰਗ ਆਹ ਬਣਾਉਣਾ ਚਾਹੁੰਦਾ, ਠੀਕ ਹੈ। ਫਿਨਿਸ਼ ਕਰਾਂਗੇ, ਓਕੇ ਕਰਾਂਗੇ, ਠੀਕ ਹੈ। ਦੁਬਾਰਾ ਬਣਾਓ, ਆਹ ਸੈਂਟਰ 'ਚ ਪਲੇਨ ਹੈਗਾ ਬਿਲਕੁਲ, ਰਿਵੋਲਵ ਕੱਟ ਲਿਆ, ਨੋਰਮਲ ਕੀਤਾ, ਸੈਂਟਰ ਲਾਈਨ ਕੀ ਲਗਾਈ, ਠੀਕ ਹੈ।
ਚੈਂਪਰ ਲੈਣੀ ਹੁੰਦੀ ਹੈ ਨਾ, ਇਹ ਕਿੰਨਾ ਸਾਈਜ਼ ਚਾਹੀਦਾ? ਮੈਂ ਕਿਹਾ ਪੰਜ ਇੱਧਰੋਂ ਚਾਹੀਦਾ, ਪੰਜ ਇੱਧਰੋਂ ਚਾਹੀਦਾ, ਫਿਨਿਸ਼ ਕਰਾਂ ਚਾਹੇ ਜਿਹੜਾ ਅੰਦਰ ਹੈਗਾ ਉਹਨੂੰ ਵੀ ਆਪਾਂ ਏਦਾਂ ਹੀ ਕਰ ਸਕਦੇ ਹੈਗੇ, ਰਿਵੋਲਵ ਕੱਟ ਦਾ ਕੀਤਾ, ਇੱਕ ਸਾਨੂੰ ਸੈਂਟਰ ਐਕਸਿਸ ਚਾਹੀਦੀ ਹੈ, ਇੱਧਰ ਥੋੜ੍ਹੀ ਜਿਹੀ ਜੈਂਪਰ ਇੱਧਰ ਹੋਊਗੀ, ਠੀਕ ਹੈ, ਇਹਨੂੰ ਪ੍ਰੈਜੈਂਟ ਕਰਦਾ, ਠੀਕ ਹੈ, ਡਿਮੈਂਸ਼ਨ ਆਪਾਂ ਦੇ ਸਕਦੇ ਹਾਂ ਕਿਹੜੀ ਐਕਸਿਸ ਮਟੀਰੀਅਲ, ਠੀਕ ਅੰਦਰ ਚੁੜੀ ਪੈ ਜਾਂਦੀ